ਖਾਲਸੇ ਦੀ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ, ਉੱਥੇ ਖਾਸ ਤੌਰ ਤੇ ਵਿਦੇਸ਼ਾਂ ਤੋਂ ਵੀ ਜਿਹੜੇ ਸ਼ਰਧਾਲੂ ਨੇ ਜਾਂ ਕਹਿ ਲਿਆ ਜਾਵੇ ਕਿ ਸੈਲਾਨੀ ਨੇ, ਉਹ ਅਨੰਦਪੁਰ ਸਾਹਿਬ ਵਿੱਚ ਖਾਸ ਤੌਰ ਤੇ ਹੋਲੇ ਮਹੱਲੇ ਦੇ ਰੰਗ ਦੇਖਣ ਲਈ ਪਹੁੰਚ ਰਹੇ ਨੇ। ਸਾਡੇ ਨਾਲ ਕੁਛ ਵਿਦੇਸ਼ੀ ਮਹਿਮਾਨ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਲਾਂਕਿ ਯੂਰਪ ਦੇ ਕਿਸੇ ਦੇਸ਼ ਦੇ ਨੇ ਅੰਗਰੇਜ਼ੀ ਬਹੁਤੀ ਚੰਗੀ ਤਰ੍ਹਾਂ ਨਹੀਂ ਆਉਂਦੀ, ਉਹ ਕਹਿੰਦੇ ਫਿਰ ਵੀ ਆਪਾਂ ਗੱਲ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਭਾਸ਼ਾ ਦੇ ਨਾਲੋਂ ਜਿਹੜੀਆਂ ਭਾਵਨਾਵਾਂ ਨੇ ਉਹ ਬਹੁਤ ਜ਼ਰੂਰੀ ਨੇ ਤੇ ਹੋਲੇ ਮਹੱਲੇ ਦੇ ਰੰਗ ਦੇਖਣ ਦੇ ਲਈ ਭਾਵਨਾਵਾਂ ਦੀ ਜ਼ਰੂਰਤ ਹੁੰਦੀ ਹੈ। ਸੋ ਉਹਨਾਂ ਭਾਵਨਾਵਾਂ ਦੇ ਨਾਲ ਇੱਥੇ ਜਿਹੜਾ ਉਹ ਪੁੱਜੇ ਨੇ ਗੱਲਬਾਤ ਕਰਦੇ ਹਾਂ। ਹੈਲੋ, ਮੇ ਆਈ ਨੋ ਯੂਰ ਨੇਮ ਪਲੀਜ਼? ਮਾਈ ਨੇਮ ਇਜ਼ ਰਾਗਿਸਾ ਐਂਡ ਯੂ ਆਰ ਫਰੋਮ ਵਿਚ ਕੰਟਰੀ? ਆਈ ਕੇਮ ਫਰੋਮ ਕ੍ਰੋਏਸ਼ੀਆ, ਯੂਰਪ। ਹੈਵ ਯੂ ਬੀਨ ਹੇਅਰ ਫਾਰ ਦ ਵੈਰੀ ਫਸਟ ਟਾਈਮ? ਇਨ ਅਨੰਦਪੁਰ ਆਈ ਐਮ ਦ ਫਸਟ ਟਾਈਮ, ਬਟ ਆਈ ਵਾਸ ਬਿਫੋਰ ਇਨ ਅੰਮ੍ਰਿਤਸਰ 3 ਟਾਈਮਸ। This is a huge festival, festival of colors, festival of happiness. What would you like to say? You are witnessing this festival here. Oh, it's very nice festival. I am the first time, but I'm so happy to be here because so many people, people think it's very nice, very gorgeous, very, very, very nice. How many people are there in your group? My group is seven people. All of you are from the same country? No, two people is from Macedonia and two people is from Slovenia. All of them are happy to see this festival? Yes, yes, you see, they are so happy to be here. You are wearing a garland. What is the reason behind it? You are wearing it very colorful. Some people gift us like gift. Some people gifted you? Yes. Our viewers are watching you. What would you like to say to them? To people? Yes. I know I will come back maybe next year here because it's so many people, so nice to be here. And would you like to come to India or Anandpur Sahib again and again? Yes, again because I'm a Kundalini Yoga teacher, a Yogi Bhajan. And I love India. I'm not the first time. Love India very, very much. Thank you very much for giving us your time. So, ਬਿਲਕੁਲ ਇਹ ਵਿਦੇਸ਼ੀ ਮਹਿਮਾਨ ਨੇ ਜਿਹੜੇ ਕਹਿੰਦੇ ਨੇ ਕਿ ਅਨੰਦਪੁਰ ਸਾਹਿਬ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਰ ਬਾਰ ਜਦੋਂ ਮੌਕਾ ਮਿਲੇਗਾ ਅਨੰਦਪੁਰ ਸਾਹਿਬ ਜ਼ਰੂਰ ਪਹੁੰਚਾਂਗੇ। ਇਹਨਾਂ ਦੇ ਨਾਲ ਕੁਛ ਹੋਰ ਜਿਹੜੇ ਮਹਿਮਾਨ ਨੇ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਜ਼ਰੂਰ ਤਸਵੀਰ ਦਿਖਾਈ ਜਾਵੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦੇਸ਼ੀ ਨੇ ਖਾਸ ਤੌਰ ਤੇ ਹੋਲਾ ਮਹੱਲਾ ਦੇ ਰੰਗ ਦੇਖਣ ਦੇ ਲਈ ਇੱਥੇ ਪੁੱਜੇ ਹੋਏ ਨੇ। ਹਾਲਾਂਕਿ ਭਾਸ਼ਾ ਦੀ ਥੋੜ੍ਹੀ ਦਿੱਕਤ ਜ਼ਰੂਰ ਉਹਨਾਂ ਨੂੰ ਹੈ, ਲੇਕਿਨ ਉਹ ਕਹਿੰਦੇ ਕਿ ਖੁਸ਼ੀ ਇੰਨੀ ਜ਼ਿਆਦਾ ਹੈ, ਖਾਸ ਤੌਰ ਤੇ ਸਿੱਖਾਂ ਦੀ ਗੱਲ ਕਰਦੇ ਨੇ ਕਿ ਪੰਜਾਬੀਆਂ ਦੀ ਗੱਲ ਕਰਦੇ ਕਿ ਪੰਜਾਬੀ ਜਿਹੜੇ ਇੰਨੇ ਵਧੀਆ ਲੋਕ ਨੇ ਕਿ ਉਹਨਾਂ ਨੂੰ ਇੱਥੇ ਕਿਸੇ ਚੀਜ਼ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸੋ ਬੇਹੱਦ ਖੁਸ਼ੀ ਜਿਹੜੀ ਇਹਨਾਂ ਦੇ ਚਿਹਰਿਆਂ ਦੇ ਉੱਪਰ ਦੇਖਣ ਨੂੰ ਮਿਲ ਰਹੀ ਹੈ। ਤਮਾਮ ਹੋਲੇ ਮਹੱਲੇ ਦੇ ਰੰਗ ਆਉਣ ਵਾਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਨਗਰੀ ਤੋਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਕੈਮਰਾਮੈਨ ਅਜੇ ਪਾਲ ਦੇ ਨਾਲ BS ਚਾਨਾ, PTC ਨਿਊਜ਼, ਸ੍ਰੀ ਅਨੰਦਪੁਰ ਸਾਹਿਬ।